ਮਤਲਬ ਜੇਕਰ ਸੇਮ ਚੀਜ਼ ਕਰਨੀ ਹੈ ਇੱਕ ਔਰਤ ਅਤੇ ਮਰਦ ਦੇ ਲਈ ਤਾਂ ਔਰਤ ਨੂੰ ਜ਼ਿਆਦਾ ਚੀਜ਼ਾਂ ਫੇਸ ਕਰਨੀਆਂ, ਜਾਂ ਫਿਰ ਮੈਨੂੰ ਸਰਪੰਚ ਨਹੀਂ ਕਹਿ ਦੇਣਾ, ਤਾਂ ਮੈਂ ਇਹ ਚੀਜ਼ ਦੇ ਖਿਲਾਫ, ਇਹ ਵੀ ਮੇਰੇ ਲਈ ਇੱਕ ਚੈਲੇਂਜ ਹੈ ਕਿਉਂਕਿ ਮੈਂ ਚਾਹੁੰਦੀ ਹਾਂ ਦੱਸਣਾ ਕਿ ਵੀ ਭਾਈ ਔਰਤਾਂ ਸਰਪੰਚਣੀਆਂ ਨਹੀਂ ਹੁੰਦੀਆਂ, ਉਹ ਵੀ ਸਰਪੰਚ ਹੁੰਦੀਆਂ ਜਦੋਂ ਸਰਪੰਚ ਬਣ ਕੇ ਅੱਗੇ ਆਈਆਂ। ਬਿਲਕੁਲ ਯੂਥ ਤੋਂ ਹੋਪ ਕੀਤੀ ਜਾ ਰਹੀ ਹੈ, ਠੀਕ ਹੈ ਜੀ, ਮਤਲਬ ਕਿ ਯੂਥ ਅੱਗੇ ਆਵੇਗਾ ਤਾਂ ਉਹ ਸਾਡੇ ਪਿੰਡਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਰਿਪ੍ਰਜੈਂਟ ਕਰੇਗਾ। ਇੱਕ ਔਰਤ ਹੋ ਕੇ ਜੇ ਘਰ ਸੰਭਾਲ ਸਕਦੀ ਹੈ, ਐਡੀ ਵੱਡੀ ਜ਼ਿੰਮੇਵਾਰੀ ਹੈ ਨਾ, ਤਾਂ ਮੈਂ ਪਿੰਡ ਵੀ ਸੰਭਾਲ ਸਕਦੀ ਹਾਂ। ਨਹੀਂ, ਜਦੋਂ ਸਰਪੰਚ ਨੂੰ ਪਤਾ ਹੋਊਗਾ ਕਿ ਕੰਮ ਮੇਰੇ ਅਧੀਨ ਆਉਂਦਾ ਹੈ ਤਾਂ ਖੁਦ ਆਪਣੇ ਕੰਮ ਕਰੂਗਾ ਜੀ, ਉਹਨੂੰ ਪਤਾ ਇਹ ਫੰਡ ਆਉਂਦੇ ਨੇ, ਜੋ ਵੀ ਫੰਡ ਆਉਂਦੇ ਨੇ ਯੂਜ਼ ਤਾਂ ਸਰਪੰਚ ਨਹੀਂ ਕਰਦੇ ਨੇ ਨਾ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਗਲੇ ਮਹੀਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ, ਚੋਣਾਂ ਦੇ ਵਿੱਚ ਯੂਥ ਖਾਸ ਕਰਕੇ ਮਹਿਲਾਵਾਂ ਸਰਗਰਮ ਭੂਮਿਕਾ ਨਿਭਾਉਣ, ਇਸ ਲੈ ਕੇ ਜਿਹੜੀ ਹੈ ਇੱਕ ਅਵੇਅਰਨੈਸ ਕੰਪੇਨ ਚਲਾਈ ਜਾ ਰਹੀ ਹੈ, ਅਤੇ ਇਸ ਦੇ ਵਿੱਚ ਸਿਰਮੋਰ ਜਿਹੜੀ ਭੂਮਿਕਾ ਨਿਭਾ ਰਹੇ ਨੇ ਨੈਸ਼ਨਲ ਅਵਾਰਡ ਜੇਤੂ ਅਤੇ ਪੰਜਾਬ ਦੀ ਪਹਿਲੀ ਯੰਗ ਮਹਿਲਾ ਸਰਪੰਚ ਹੋਣ ਦਾ ਜਿਹੜਾ ਕਿ ਮਾਨ ਹਾਸਲ ਕਰ ਚੁੱਕੇ ਨੇ ਸ਼ਸ਼ਨਦੀਪ ਕੌਰ ਸਾਡੇ ਨਾਲ ਯੂਥ ਨੇ। ਮੈਮ, ਕਿਸ ਤਰ੍ਹਾਂ ਦਾ ਹੁਣ ਤੱਕ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਸਰਪੰਚ ਹੋਣ ਦੇ ਨਾਤੇ, ਕੀ ਓਬਜ਼ਰਵ ਕੀਤਾ? ਜੀ, ਮੇਰਾ ਐਕਸਪੀਰੀਅੰਸ ਹੈ ਜਿਹੜਾ ਬਹੁਤ ਵਧੀਆ ਰਿਹਾ, ਔਰ ਇਸ ਜਰਨੀ ਦੇ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਔਰ ਪਤਾ ਲੱਗਿਆ ਕਿ ਐਜ਼ ਅ ਸਰਪੰਚ ਤੁਸੀਂ ਕੀ ਆਪਣੇ ਪਿੰਡ ਦੇ ਵਿੱਚ ਕੰਮ ਕਰ ਸਕਦੇ ਹੋ ਜਾਂ ਕਿੱਦਾਂ ਸੁਧਾਰ ਕਰ ਸਕਦੇ ਹੋ, ਔਰ ਮੇਰੇ ਪਿੰਡ ਵਾਸੀਆਂ ਦਾ ਇਸ ਦੇ ਵਿੱਚ ਬਹੁਤ ਬਹੁਤ ਵੱਡਾ ਸਹਿਯੋਗ ਰਿਹਾ, ਉਹਨਾਂ ਦੇ ਸਦਕਾ ਹੀ ਮੈਂ ਜਿਹੜਾ ਚੀਜ਼ ਇੱਥੋਂ ਤੱਕ ਕਰ ਪਾਈ ਹਾਂ, ਔਰ ਜੋ ਅੱਜ ਮੈਨੂੰ ਆਸ਼ੀਰਵਾਦ ਦਿੰਦੇ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ, ਮੈਨੂੰ ਚੰਗਾ ਲੱਗਦਾ ਕਿ ਮੈਂ ਇਹ ਚੀਜ਼ ਆਪਣੇ ਪਿੰਡ ਦੇ ਲਈ ਕੀਤੀ। ਕੁਝ ਡਿਫੀਕਲਟੀਜ਼ ਵੀ ਫੇਸ ਕਰਨੀਆਂ ਪਈਆਂ, ਕੁਝ ਚੁਣੌਤੀਆਂ ਵੀ ਆਈਆਂ ਇਸ ਪੂਰੇ ਸਰਪੰਚ ਸਫ਼ਰ ਦਾ? ਬਿਲਕੁਲ, ਦੇਖੋ ਚੁਣੌਤੀਆਂ ਆਉਂਦੀਆਂ ਨੇ ਜੀ, ਤੁਸੀਂ ਕੁਛ ਵੀ ਕਰਨ ਲੱਗ ਜਾਓ ਤੁਹਾਨੂੰ ਆਉਂਦੀਆਂ ਨੇ, ਔਰ ਮੈਂ ਜੇ ਕਹਾਂ ਮਤਲਬ ਜੇਕਰ ਸੇਮ ਚੀਜ਼ ਕਰਨੀ ਹੈ ਇੱਕ ਔਰਤ ਅਤੇ ਮਰਦ ਦੇ ਲਈ ਤਾਂ ਔਰਤ ਨੂੰ ਜ਼ਿਆਦਾ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਠੀਕ ਹੈ ਜੀ, ਪਰ ਇਹਦੇ ਵਿੱਚ ਇਹ ਹੈ ਕਿ ਤੁਹਾਡੀ ਫੈਮਲੀ, ਤੁਹਾਡਾ ਪਿੰਡ ਜਦੋਂ ਸਪੋਰਟ ਕਰਦਾ ਤਾਂ ਤੁਸੀਂ ਚੈਲੇਂਜਸ ਨੂੰ ਸੋਲਵ ਕਰ ਲੈਂਦੇ ਹੋ, ਔਰ ਜਦੋਂ ਸ਼ੁਰੂਆਤ ਦੇ ਵਿੱਚ ਪਹਿਲਾਂ ਤਾਂ ਇਹੀ ਚੈਲੇਂਜ ਸਾਨੂੰ ਆਉਂਦਾ ਕਿ ਆਪਾਂ ਕੰਮ ਕਿਵੇਂ ਕਰੀਏ, ਕਿੱਦਾਂ ਚੀਜ਼ਾਂ ਨੂੰ ਕਰਨਾ ਹੈਗਾ, ਉਹਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ ਤੁਹਾਡੇ ਪੰਚਾਇਤ ਸਕੱਤਰ ਜੀ ਦਾ, ਅਤੇ ਮੇਰਾ ਜਿਹੜਾ ਇਸ ਦੇ ਵਿੱਚ ਮੈਂ ਕਹਾਂ ਮੈਂ ਬਹੁਤ ਵੱਡਾ ਰੋਲ ਰਿਹਾ, ਉਹ ਪਰਮਜੀਤ ਸਿੰਘ ਭੁੱਲਰ ਜੀ ਸਾਡੇ ਪੰਚਾਇਤ ਸਕੱਤਰ ਜਦੋਂ ਬਣ ਕੇ ਆਏ ਤਾਂ ਉਹਨਾਂ ਦਾ ਰਿਹਾ, ਅਤੇ ਉਹਨਾਂ ਨੇ ਮੈਨੂੰ ਕੰਮ ਸਿਖਾਇਆ, ਠੀਕ ਹੈ ਜੀ, ਹੌਲੀ ਹੌਲੀ ਅਸੀਂ ਕੰਮ ਸਿੱਖਿਆ, ਬਾਕੀ SIRD ਮੋਹਾਲੀ ਉਹਨਾਂ ਵੱਲੋਂ ਟ੍ਰੇਨਿੰਗਸ ਲਗਾਈਆਂ ਜਾਂਦੀਆਂ ਨੇ, ਤੁਸੀਂ ਉਹਨਾਂ ਨਾਲ ਕੰਟੈਕਟ ਵੀ ਕਰ ਸਕਦੇ ਹੋ ਵੀ ਕਿ ਜੇ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਹੌਲੀ ਹੌਲੀ ਚੀਜ਼ਾਂ ਤੁਸੀਂ ਸਮਝਣ ਲੱਗ ਜਾਂਦੇ ਹੋ। ਫਿਰ ਦੂਜੀ ਚੀਜ਼ ਆਉਂਦੀ ਹੈ ਕਿ ਜਦੋਂ ਮਤਲਬ ਘਰ ਵੀ ਕੋਈ ਆਉਂਦਾ ਸੀ ਤਾਂ ਇਹ ਮੇਰੇ ਸਾਹਮਣੇ ਮੈਨੂੰ ਕਹਿ ਦਿੰਦੇ ਕਿ ਵੀ ਸਰਪੰਚ ਸਾਹਿਬ ਘਰ ਹੈਗੇ ਆ ਇਹ, ਹੈ ਨਾ, ਜਾਂ ਫਿਰ ਮੈਨੂੰ ਸਰਪੰਚ ਨਹੀਂ ਕਹਿ ਦੇਣਾ, ਤਾਂ ਮੈਂ ਇਹ ਚੀਜ਼ ਦੇ ਖਿਲਾਫ, ਇਹ ਵੀ ਮੇਰੇ ਲਈ ਇੱਕ ਚੈਲੇਂਜ ਹੈ ਕਿਉਂਕਿ ਮੈਂ ਚਾਹੁੰਦੀ ਹਾਂ ਦੱਸਣਾ ਕਿ ਵੀ ਭਾਈ ਔਰਤਾਂ ਸਰਪੰਚਣੀਆਂ ਨਹੀਂ ਹੁੰਦੀਆਂ, ਉਹ ਵੀ ਸਰਪੰਚ ਹੁੰਦੀਆਂ ਜਦੋਂ ਸਰਪੰਚ ਬਣ ਕੇ ਅੱਗੇ ਆਈਆਂ ਨੇ, ਤਾਂ ਇਹੋ ਜਿਹੇ ਕਰਕੇ ਕਾਫੀ ਚੈਲੇਂਜ ਹੋਏ, ਕਦੇ ਫੰਡਸ ਦਾ ਆ ਗਿਆ ਜਾਂ ਕਦੇ ਕਿਸੇ ਨੇ ਕੋਈ ਚੀਜ਼ ਸ਼ਰਾਰਤ ਕਰਤੀ, ਤਾਂ ਉਹ ਹੌਲੀ ਹੌਲੀ, ਪਰ ਜਦੋਂ ਤੁਸੀਂ ਇੱਕ ਕੰਮ ਕਰਨ ਲੱਗ ਜਾਂਦੇ ਹੋ ਤਾਂ ਹੌਲੀ ਹੌਲੀ ਸੋਲਵ ਹੁੰਦੀਆਂ ਨੇ। ਤਾਂ ਕੀ ਲੱਗਦਾ ਕਿ ਜੇਕਰ ਯੂਥ ਅੱਗੇ ਆਵੇ ਤਾਂ ਪਿੰਡ ਦਾ ਜ਼ਿਆਦਾ ਵਿਕਾਸ ਹੋ ਸਕਦਾ? ਕਿ ਪਹਿਲਾਂ ਹੁੰਦਾ ਸੀ ਕਿ ਜ਼ਿਆਦਾਤਰ ਪੁਰਸ਼ ਪ੍ਰਧਾਨ ਹੁੰਦੇ ਸਨ, ਜ਼ਿਆਦਾਤਰ ਜਿਹੜੇ ਪੁਰਸ਼ ਹੀ ਸਰਪੰਚ ਹੁੰਦੇ ਸਨ, ਤਾਂ ਅਜਿਹੇ ਦੇ ਵਿੱਚ ਜਿਹੜਾ ਸੋਚ ਦਾ ਵੀ ਕਾਫੀ ਫਰਕ ਪੈ ਜਾਂਦਾ ਸੀ, ਕਿਉਂਕਿ ਇੱਕ ਯੰਗਸਟਰ ਅਤੇ ਇੱਕ ਓਲਡ ਏਜ ਦੀ ਸੋਚ ਦਾ ਕਾਫੀ ਫਰਕ ਹੈ, ਉਹ ਡਿਫਰੈਂਸ ਹੁਣ ਖਤਮ ਹੋ ਸਕਦਾ ਜੇਕਰ ਯੂਥ ਕਮਾਨ ਸੰਭਾਲ?
ਬਿਲਕੁਲ ਯੂਥ ਤੋਂ ਹੋਪ ਕੀਤੀ ਜਾ ਰਹੀ ਹੈ, ਠੀਕ ਹੈ ਜੀ, ਮਤਲਬ ਕਿ ਯੂਥ ਅੱਗੇ ਆਵੇਗਾ ਤਾਂ ਉਹ ਸਾਡੇ ਪਿੰਡਾਂ ਨੂੰ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਰਿਪ੍ਰਜੈਂਟ ਕਰੇਗਾ। ਇੱਕ ਯੂਥ ਦੇ ਅੰਦਰ ਕੰਮ ਕਰਨ ਦੀ ਕਰਜ ਹੁੰਦੀ ਹੈ ਕਿ ਅਸੀਂ ਇਹ ਚੀਜ਼ ਕਰਨਾ, ਉਹ ਚੀਜ਼ ਕਰਨੀ ਆ, ਠੀਕ ਹੈ। ਤਾਂ ਉਹ ਜਿਹੜੀ ਹੌਲੀ ਹੌਲੀ ਚੀਜ਼ਾਂ ਆਪਾਂ ਜਦੋਂ ਸਮਝਦੇ ਹਾਂ ਤਾਂ ਲੱਗਦਾ ਕਿਤੇ ਨਾ ਕਿਤੇ ਕਿ ਯੂਥ ਕੈਲੇਬਰ ਜੇ ਹੋਊਗਾ ਤਾਂ ਓਬਵੀਅਸ ਜੀ ਗੱਲ ਹੈ ਸਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗਾ। ਤਾਂ ਇੱਕ ਪੋਜ਼ਿਟਿਵ ਹੋਪ ਆਪਾਂ ਜ਼ਰੂਰ ਰੱਖਦੇ ਹਾਂ। ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਜਿੱਥੇ ਕਿ ਮਹਿਲਾਵਾਂ ਸਪੱਚ ਹੁੰਦੀਆਂ ਹੈਗੀਆਂ ਨੇ, ਉਹਨਾਂ ਦੀ ਥਾਂ 'ਤੇ ਉਹਨਾਂ ਦੇ ਹਸਬੈਂਡ ਹੈਗੇ ਜਾਂ ਹੋਰ ਫੈਮਿਲੀ ਮੈਂਬਰ ਨੇ, ਉਹ ਮੋਰੀ ਹੋ ਕੇ ਕੰਮ ਕਰਦੇ ਹੈਗੇ ਨੇ। ਇਹ ਕਦੋਂ ਖਤਮ ਹੋਵੇਗੀ, ਖੁਦ ਕਦੋਂ ਕਮਾਨ ਜਿਹੜੀ ਹੈ ਸਰਪੰਚ ਬਤੌਰ ਮਹਿਲਾ ਦੇ ਹੱਥ ਆਵੇ ਜੀ? ਇਹ ਦੇਖੋ ਆਪਾਂ ਕੋਈ ਟਾਈਮ ਲਾਈਨ ਤਾਂ ਨਹੀਂ ਦੇ ਸਕਦੇ, ਪਰ ਇਹਦੇ ਲਈ ਸਭ ਤੋਂ ਪਹਿਲੀ ਚੀਜ਼ ਤਾਂ ਇਹੀ ਹੈ ਕਿ ਔਰਤਾਂ ਆਪਣੇ ਆਪ 'ਚ ਵਿਸ਼ਵਾਸ ਕਰਨ ਕਿ ਵੀ ਹਾਂਜੀ ਮੈਂ ਜਿਹੜੀ ਇੱਕ ਔਰਤ ਹੋ ਕੇ ਜੇ ਘਰ ਸੰਭਾਲ ਸਕਦੀ ਹਾਂ, ਐਡੀ ਵੱਡੀ ਜ਼ਿੰਮੇਵਾਰੀ ਹੈ ਨਾ, ਤਾਂ ਮੈਂ ਪਿੰਡ ਵੀ ਸੰਭਾਲ ਸਕਦੀ ਹਾਂ। ਤਾਂ ਉਹੀ ਆਪਾਂ ਐਜ਼ ਅ ਪਿੰਡ ਦੇ ਲੋਕ ਵੀ ਉਹੀ ਸੋਚੀਏ ਕਿ ਆਪਾਂ ਉਹਨਾਂ ਪੜ੍ਹੀਆਂ ਲਿਖੀਆਂ ਔਰਤਾਂ ਨੂੰ ਅੱਗੇ ਲੈ ਕੇ ਆਈਏ ਜੋ ਸਾਡੇ ਸਮਾਜ ਦੇ ਵਿੱਚ ਇੱਕ ਸਾਡੇ ਪਿੰਡ ਦੀ ਇੱਕ ਥਾਂ ਬਣਾ ਸਕਣ, ਜਾਂ ਸਾਡੇ ਸਮਾਜ ਦੇ ਵਿੱਚ ਆ ਜਿਹੜਾ ਬਦਲਾਵ ਲੈ ਕੇ ਆਉਣ, ਸਾਡੇ ਪਿੰਡ ਲਈ ਕੁਛ ਚੰਗਾ ਕਰ ਸਕਣ। ਤਾਂ ਉਹਦੇ ਲਈ ਪਹਿਲੀ ਚੀਜ਼ ਤਾਂ ਇਹੀ ਹੈ ਜੀ ਕਿ ਔਰਤਾਂ ਖੁਦ ਆਪਣੇ 'ਤੇ ਵਿਸ਼ਵਾਸ ਰੱਖਣ, ਦੂਜੀ ਗੱਲ ਪਿੰਡ ਵਾਲਿਆਂ ਵੱਲੋਂ ਵੀ ਪੂਰਾ ਸਹਿਯੋਗ ਹੈ ਜਿਹੜਾ ਉਹਦਾ ਦੇਣਾ ਚਾਹੀਦਾ। ਫਿਰ ਹੌਲੀ ਹੌਲੀ ਕਰਕੇ ਜਦੋਂ ਹੋਰ ਕੱਲ੍ਹ ਨੂੰ ਨਵੀਆਂ ਪੰਚਾਇਤਾਂ ਦੇ ਵਿੱਚ ਹੋਰ ਔਰਤਾਂ ਆਉਣਗੀਆਂ ਤਾਂ ਉਹ ਵੀ ਮੋਟੀਵੇਟ ਹੋਣਗੀਆਂ, ਇੰਸਪਾਇਰ ਹੋਣਗੀਆਂ, ਠੀਕ ਹੈ, ਫਿਰ ਹੋਰ ਅੱਗੇ ਕੰਮ ਹੈ ਜਿਹੜੀ ਹੋਰ ਮਿਹਨਤ ਕਰਨਗੀਆਂ। ਬਹੁਤੇ ਥਾਵਾਂ 'ਤੇ ਇਹ ਵੀ ਦੇਖਿਆ ਜਾਂਦਾ ਹੈਗਾ ਕਿ ਜਿਹੜੇ ਪਾਰਦਰਸ਼ੀ ਚੋਣਾਂ ਦੀ ਗੱਲ ਤੱਕ ਦਿੱਤੀ ਜਾਂਦੀ, ਪਰ ਕਈ ਲੋਕ ਹੈਗੇ ਨੇ ਚੰਦ ਪੈਸਿਆਂ ਦੀ ਖਾਤਰ ਦਾਰੂ ਦੀ ਬੋਤਲ ਦੇ ਕਰਕੇ ਆਪਣਾ ਇਮਾਨ ਵੇਚ ਦਿੰਦੇ ਹੈਗੇ ਨੇ। ਇਹ ਚੀਜ਼ ਕਦੋਂ ਖਤਮ ਹੋਵੇ, ਕਿਉਂਕਿ ਜੇਕਰ ਹੁਣ ਅਵੇਅਰਨੈਸ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਤਾਂ ਇਹ ਵੀ ਮੁੱਦਾ ਨਾਲ ਦੀ ਨਾਲ ਚੱਲਦਾ ਨਸ਼ਿਆਂ ਦਾ ਹੋ ਗਿਆ, ਜਾਂ ਫਿਰ ਲੋਕਾਂ ਨੂੰ ਇਹ ਸਮਝਾਉਣ ਦਾ ਕਿ ਇੱਕ ਚੰਗੇ ਅਤੇ ਇਮਾਨਦਾਰ ਸ਼ਖਸੀਅਤ ਦੀ ਤੁਸੀਂ ਕਿਵੇਂ ਚੋਣ ਕਰਨੀ ਹੈ। ਬਿਲਕੁਲ, ਇਹਦੇ ਵਿੱਚ ਜੀ ਮੀਡੀਆ ਬਹੁਤ ਵੱਡਾ ਰੋਲ ਪਲੇ ਕਰੇਗਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਜਿਹੜੇ ਲੀਡਰਸ ਹੈ ਉਹ ਆਹ ਜਿਹੜੀਆਂ ਫ੍ਰੀ ਬੀਜ਼ ਹੁੰਦੀਆਂ ਨੇ ਇਹਨਾਂ ਤੋਂ ਉੱਪਰ ਉੱਠ ਕੇ ਚੁਣਨੇ ਚਾਹੀਦੇ ਆ। ਮਤਲਬ ਸਾਨੂੰ ਸਿਰਫ ਇੱਕ ਕਿ ਦਾਰੂ ਦੀ ਬੋਤਲ ਹੋ ਗਈ ਜਾਂ ਉਹ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਲੋਕਾਂ ਨੂੰ ਚੁਣੀਏ ਜੋ ਸਾਨੂੰ ਅਸਲੀਅਤ ਦੇ ਵਿੱਚ ਜੋ ਸਾਡੇ ਜਿਹੜੀ ਹੈਗੀ ਹੈ ਸਾਨੂੰ ਸਕਿੱਲ ਪ੍ਰੋਵਾਈਡ ਕਰਨ, ਜਾਂ ਸਾਡੀ ਜਿਵੇਂ ਇੱਕ ਹੁੰਦਾ ਐਜੂਕੇਸ਼ਨ ਹੋ ਗਿਆ, ਹੈਲਥ ਹੋ ਗਿਆ, ਉਹਨਾਂ ਲਈ ਕੀ ਚੀਜ਼ ਹੈ, ਉਹਨਾਂ ਲਈ ਉਹਨਾਂ ਦਾ ਕੀ ਪਲਾਨ ਆ, ਉਹਨਾਂ ਲਈ ਕੀ ਵਿਜ਼ਨ ਆ ਉਹਨਾਂ ਦਾ, ਆਪਾਂ ਇਹ ਸੋਚ ਦੇ ਉੱਪਰ ਹੈ ਜਿਹੜਾ ਉਹ ਕਰੀਏ। ਉਹ ਕੁਛ ਲੋਕ ਹੁੰਦੇ ਨੇ ਫਿਰ ਉਹ ਆਪਣੇ ਆਪ ਪਿੱਛੇ ਹੋ ਜਾਣਗੇ, ਜਦੋਂ ਜ਼ਿਆਦਾ ਲੋਕ ਅਵੇਅਰ ਹੋ ਜਾਣਗੇ, ਜ਼ਿਆਦਾ ਲੋਕ ਇਹੋ ਜਿਹੇ ਲੀਡਰਸ ਨੂੰ ਚੁਣਨਗੇ, ਅਤੇ ਜੇ ਸਰਬਸੰਮਤੀ ਹੋ ਜਾਏ ਤਾਂ ਸੋਹਣੀ ਅਤੇ ਸੁਹਾਗੇ ਵਾਲੀ ਗੱਲ ਹੈ ਜੀ। ਸਰਪੰਚਾਂ ਦੇ ਵਿੱਚ ਜਿਹੜੇ ਕਿ ਮਹਿਲਾਵਾਂ ਆ ਗਈਆਂ, ਪਰ ਬਹੁਤ ਸਾਰੇ ਇੱਦਾਂ ਦੇ ਇਲਾਕੇ ਵੀ ਹੈਗੇ ਨੇ ਜਿੱਥੇ ਕਿ ਜੇਕਰ ਕੋਈ MLA ਹੁੰਦਾ ਤਾਂ ਵਿਕਾਸ ਕਾਰਜ ਉਹ ਆਪਣੇ ਨਾਂ 'ਤੇ ਸ਼ੋਅ ਕਰੂਗਾ, ਫਿਰ ਸਰਪੰਚ ਨੂੰ ਕਿਵੇਂ ਮੌਕਾ ਮਿਲ ਸਕਦਾ ਕਿ ਉਹ ਆਪਣੇ ਨਾਂ ਦੇ ਉੱਪਰ ਦਿਖਾ ਦੇਵੇ? ਨਹੀਂ, ਜਦੋਂ ਸਰਪੰਚ ਨੂੰ ਪਤਾ ਹੋਊਗਾ ਕਿ ਇਹ ਕੰਮ ਮੇਰੇ ਅਧੀਨ ਆਉਂਦਾ ਤਾਂ ਉਹ ਖੁਦ ਆਪਣੇ ਕੰਮ ਕਰੂਗਾ ਜੀ। ਉਹਨੂੰ ਪਤਾ ਇਹ ਫੰਡ ਆਉਂਦੇ ਨੇ, ਜੋ ਵੀ ਫੰਡ ਆਉਂਦੇ ਨੇ ਯੂਜ਼ ਤਾਂ ਸਰਪੰਚ ਨੇ ਕਰਨੇ ਨੇ ਨਾ। ਜਦੋਂ ਸਰਪੰਚ ਪੜ੍ਹਿਆ ਲਿਖਿਆ ਹੋਊਗਾ, ਉਹਨੂੰ ਇੰਨਾ ਕੁ ਪਤਾ ਹੋਊਗਾ, ਉਹਨੂੰ ਨੌਲੇਜ ਮਿਲ ਜੂਗੀ, ਜਾਣਕਾਰੀ ਹੋਊਗੀ, ਟ੍ਰੇਨਿੰਗ ਹੋ ਜੂਗੀ ਉਹਦੀ, ਤਾਂ ਓਬਵੀਅਸ ਜੀ ਗੱਲ ਹੈ ਜੀ ਉਵੇਂ ਦੇ ਫੈਸਲੇ ਲਊਗਾ, ਠੀਕ ਹੈ। ਉਹ ਫਿਰ ਆਪਣੇ ਕੰਮ ਦੱਸੇ ਹੋਏ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗ ਜਾਣਗੇ ਵੀ ਇਹ ਭਾਈ ਸਰਪੰਚ ਨੇ ਕੰਮ ਕੀਤਾ ਹੈਗਾ, ਤਾਂ ਉਹਦੇ 'ਤੇ ਕੋਈ ਵੀ ਆਪਣਾ ਅਧਿਕਾਰ ਹੈ ਜਿਹੜਾ ਨਹੀਂ ਜਮਾ ਸਕਦਾ। ਅਤੇ ਹੁਣ ਜੇਕਰ ਨਸ਼ਿਆਂ ਦੇ ਮੁੱਦੇ ਦੀ ਗੱਲ ਕਰੀਏ ਤਾਂ ਹੁਣ ਇਲੈਕਸ਼ਨ ਜਿਵੇਂ ਹੈਗੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਹੁਣ ਲੋਕਾਂ ਦੇ ਵਿੱਚ ਆਪਣੀ ਗੱਲ ਵੀ ਰੱਖ ਰਹੇ ਹੋ, ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਿਛਲੀਆਂ ਚੋਣਾਂ ਦੇ ਵਿੱਚ ਕਈਆਂ ਨੇ ਤਾਂ ਬਾਈਕਾਟ ਵੀ ਕਰਤਾ, ਕੀ ਨਸ਼ਿਆਂ ਨੂੰ ਲੈ ਕੇ ਬਾਈਕਾਟ ਕਰਨਾ ਸਹੀ ਹੈਗਾ ਜੀ? ਮਤਲਬ ਇੱਕ ਦੇਖੋ ਆਪਾਂ ਕੋਈ ਵੀ ਚੀਜ਼ ਲਈ ਕੰਮ ਕਰਨਾ ਨਾ,
ਇਹ ਇੱਕ ਚੀਜ਼ ਹੈ, ਮਤਲਬ ਇੱਕ ਲੋਕ ਸੋਚਦੇ ਆ ਕਿ ਹੱਲ ਹੋ ਸਕਦਾ, ਇਹ ਜੇ ਆਪਾਂ ਕਰਕੇ ਨਹੀਂ ਵੇਖਾਂਗੇ ਆਪਾਂ ਨੂੰ ਕੀ ਪਤਾ ਇਹ ਹੱਲ ਸਹੀ ਹੈ ਕਿ ਗਲਤ ਹੈ। ਆਪਾਂ ਨੂੰ ਸਾਰੀਆਂ ਚੀਜ਼ਾਂ ਟਰਾਈ ਕਰਨੀਆਂ ਚਾਹੀਦੀਆਂ, ਮਤਲਬ ਜੋ ਵੀ ਤੁਹਾਨੂੰ ਪਤਾ ਲੱਗਦਾ ਕਿ ਇਹ ਚੀਜ਼ ਹੈ ਯਾਰ ਆਪਾਂ ਇਹ ਕਰਕੇ ਵੇਖ ਲਈਏ, ਨਹੀਂ ਇਹ ਨਹੀਂ ਸਫਲ ਹੋਇਆ ਉਸ ਪਿੰਡ ਨੇ ਕੀਤਾ, ਆਪਾਂ ਇਹ ਚੀਜ਼ ਕਰਕੇ ਵੇਖ ਲਈਏ। ਹਾਂਜੀ ਉਹੀ ਉਹੀ ਚੀਜ਼ ਆਪਾਂ ਸਿੱਖਣੀ ਹੈ ਇੱਕ ਦੂਜੇ ਤੋਂ, ਠੀਕ ਹੈ, ਇੱਕ ਦੂਜੇ ਤੋਂ ਸਿੱਖੋ, ਹੋਰ ਐਕਸਪੈਰੀਮੈਂਟ ਕਰੋ ਤਾਂ ਹੀ ਅੱਗੇ ਜਾ ਸਕਦੇ ਹਾਂ ਨਾ ਆਪਾਂ। ਹੁਣ ਆਪਾਂ ਕੀ ਐਕਸਪੈਰੀਮੈਂਟ ਇੱਕ ਦਿਨ 'ਚ ਕੋਈ ਸਫਲ ਨਹੀਂ ਹੁੰਦਾ ਜੀ, ਬਲਬ ਦੀ ਖੋਜ ਹੋਈ 1000ਵੀਂ ਵਾਰ ਜਾ ਕੇ ਹੋਈ ਸੀਗੀ, ਹੈ ਨਾ, ਇੱਕ ਦਿਨ 'ਚ ਨਹੀਂ ਹੋਗੀ ਹੈਗੀ। ਅਤੇ ਇਹ ਚੀਜ਼ਾਂ ਨੇ, ਇਹ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਨੇ, ਜੇ ਆਪਾਂ ਕਹੀਏ ਆਪਣੇ ਕੋਲ ਕਿਹੜਾ ਸੋਨਪਰੀ ਵਾਲੀ ਛੜੀ ਹੈਗੀ ਵੀ ਘੁਮਾਵਾਂਗੇ ਤਾਂ ਸਭ ਸਹੀ ਹੋ ਜੂਗਾ, ਨਹੀਂ, ਉਹਦੇ ਲਈ ਸਾਨੂੰ ਅਲੱਗ ਅਲੱਗ ਐਕਸਪੈਰੀਮੈਂਟ ਕਰਨੇ ਪੈਣਗੇ, ਅਲੱਗ ਅਲੱਗ ਚੀਜ਼ਾਂ ਕਰਨੀਆਂ ਪੈਣਗੀਆਂ ਜਿੱਥੇ ਸਾਡੀਆਂ ਕਮੀਆਂ ਉਹਨਾਂ ਨੂੰ ਦੂਰ ਕਰਕੇ ਅਸੀਂ ਪੋਜ਼ਿਟਿਵ ਕਰ ਸਕਦੇ। ਤੁਹਾਡੀ ਇੱਕ ਸਲੋਗਨ ਵੀ ਦੇਖਿਆ ਕਿ ਪੰਜਾਬ ਬਚਾਓ, ਫਸਲਾਂ ਬਚਾਓ, ਨਸਲਾਂ ਬਚਾਓ, ਇਹ ਸਲੋਗਨ ਦੀ ਕੀ ਲੋੜ ਪੈ ਗਈ? ਦੇਖੋ ਜੀ, ਸਾਡੇ ਪੰਜਾਬ ਦੇ ਵਿੱਚ ਉਹੀ ਹੈ ਨਾ, ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੇਖ ਕੇ ਹੀ ਇਹ ਚੀਜ਼ ਸਲੋਗਨ ਹੈ ਜਿਹੜਾ ਰੱਖਿਆ ਗਿਆ, ਜਿਵੇਂ ਕਿ ਪੰਜਾਬ ਦੇ ਵਿੱਚ ਨਸ਼ਾ ਹੋ ਗਿਆ, ਸਾਡੀਆਂ ਨਸਲਾਂ ਖਰਾਬ ਹੋ ਰਹੀਆਂ, ਪਾਣੀ ਸਾਡਾ ਖਤਮ ਹੋਣ ਜਾ ਰਿਹਾ, ਫਸਲਾਂ ਨਹੀਂ ਹੋਣੀਆਂ ਆਉਣ ਵਾਲੇ ਸਮੇਂ ਦੇ ਵਿੱਚ। ਤੋ ਇਹ ਚੀਜ਼ਾਂ ਸਾਰੀਆਂ ਫਿਰ ਜਿਹੜੀਆਂ ਦੇਖਦੇ ਹੋਏ ਪੰਜਾਬ ਦੇ ਆ, ਜੋ ਸਮੇਂ ਦੇ ਵਿੱਚ ਹੋ ਰਿਹਾ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ, ਉਸ 'ਤੇ ਆਧਾਰਿਤ ਹੈਗਾ ਜੀ। ਥੈਂਕ ਯੂ ਗੱਲਬਾਤ ਕਰਨ ਲਈ। ਬਾਕੀ ਜਿਸ ਤਰ੍ਹਾਂ ਨਾਲ ਸਾਡੇ ਨਾਲ ਸ਼ਸ਼ਨਦੀਪ ਕੌਰ ਮਜੋਸਨ, ਉਹਨਾਂ ਨੇ ਕਹਿਣਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਤਾਂ ਯੂਥ ਨੂੰ ਅੱਗੇ ਆਉਣ ਦੀ ਲੋੜ ਹੈਗੀ ਹੈ, ਅਤੇ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਕਿ ਯੂਥ ਸਰਗਰਮ ਭੂਮਿਕਾ ਨਿਭਾਵੇ, ਮਹਿਲਾਵਾਂ ਦਾ ਵੀ ਜਿਹੜਾ ਕਿ ਵੱਡਾ ਰੋਲ ਹੋਵੇ, ਤਾਂ ਹੀ ਜਿਹੜਾ ਕਿ ਪੰਜਾਬ ਉਹ ਸੰਭਲ ਸਕਦਾ। ਵਧੇਰੇ ਅਪਡੇਟ ਲਈ ਜੁੜੇ ਹਮਦਰਦ ਟੀਵੀ ਨਾਲ, ਕੈਮਰਾ ਪਰਸਨ ਮੋਹਨ ਲਾਲ ਪਰਵਿੰਦਰ, ਚੰਡੀਗੜ੍ਹ।